ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਂਡੂ ਜਾਸੀਨ ਆਸਟ੍ਰੇਲੀਆ ਵਿੱਚ ਤੁਹਾਡਾ ਸਵਾਗਤ ਹੈ। ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਅਸੀਂ ਵੀ ਠੀਕ ਠਾਕ ਹਾਂ। ਅੱਜ ਮੈਂ ਬਣਾਉਣ ਲੱਗੀ ਹਾਂ ਮਕੋ ਦੀ ਸਬਜ਼ੀ ਜਾਂ ਭੁਰਜੀ ਕਹਿ ਦਿਉ। ਕਈ ਥਾਈਂ ਇਹਨੂੰ ਕਬੋ ਕਹਿੰਦੇ ਆ, ਕਈ ਥਾਈਂ ਮਕੋ ਕਹਿੰਦੇ ਆ। ਸਾਡੇ ਗਾਰਡਨ ਦੇ ਵਿੱਚ ਦੋ ਬੂਟੇ ਹੋਏ ਹੋ ਆ, ਮੈਂ ਉਹਦੀ ਸਬਜ਼ੀ ਬਣਾਉਂਦੀ ਹੁੰਦੀ ਹਾਂ। ਅੱਜ ਮੈਂ ਸੋਚਿਆ ਤੁਹਾਨੂੰ ਵੀ ਬਣਾ ਕੇ ਦਿਖਾਉਂਦੀ ਹਾਂ। ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰੋ। ਜੇ ਤੁਹਾਨੂੰ ਮੇਰੀਆਂ ਵੀਡੀਓ ਸੋਹਣੀਆਂ ਲੱਗਦੀਆਂ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਚਲੋ ਜੀ, ਆਪਾਂ ਅੱਜ ਮਕੋ ਦੀ ਸਬਜ਼ੀ ਬਣਾਉਂਦੇ ਹਾਂ। ਆਪਾਂ ਗਾਰਡਨ ਵਿੱਚੋਂ ਲੈ ਕੇ ਆਈਏ ਹੁਣ ਬਣਾਉਣ ਲਈ। ਮਕੋ ਦੀ ਸਬਜ਼ੀ ਬਣਾਉਣ ਲਈ ਮੈਂ ਆਪਣੇ ਗਾਰਡਨ ਦੇ ਵਿੱਚੋਂ ਹੁਣ ਮਕੋ ਤੋੜੂੰਗੀ। ਇਹ ਪੱਤੇ ਇੱਦਾਂ ਹੁੰਦੇ ਆ ਅਤੇ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿੱਦਾਂ ਦੀ ਹੁੰਦੀ ਆ। ਆਹ ਦੇਖੋ, ਆਹ ਇੱਦਾਂ ਦੇ ਹੁੰਦੇ ਆ ਇਹਦੇ ਪੱਤੇ। ਮੈਂ ਤੁਹਾਨੂੰ ਨੇੜਿਓਂ ਦਿਖਾਉਂਦੀ ਹਾਂ। ਆਹ ਦੇਖੋ, ਇੱਦਾਂ ਇਹਨਾਂ ਨੂੰ ਹੈ ਨਾ ਚਿੱਟੇ ਚਿੱਟੇ ਫੁੱਲ ਲੱਗੇ ਉਹ ਹੁੰਦੇ ਆ, ਆਹ ਫੁੱਲ ਹੁੰਦੇ ਆ ਅਤੇ ਨਾਲ ਇਹਨਾਂ ਨੂੰ ਫਿਰ ਬੀਜ ਪੈਂਦੇ ਆ ਇੱਦਾਂ ਛੋਟੇ ਛੋਟੇ, ਜਿੱਦਾਂ ਇਹ ਹੁੰਦੇ ਆ ਨਾਲ ਲੱਗੇ। ਅਸੀਂ ਇਹਨਾਂ ਨੂੰ ਭੰਬੋਲੇ ਕਹਿੰਦੇ ਹੁੰਦੇ ਸੀ ਛੋਟੇ ਹੁੰਦੇ। ਆਹ ਦੇਖੋ, ਇੱਦਾਂ ਦੇ ਇਹਨਾਂ ਨੂੰ ਲੱਗਦੇ ਆ। ਤਾਂ ਆਪਾਂ ਇਹਨਾਂ ਦੇ ਪੱਤਿਆਂ ਦੀ ਸਬਜ਼ੀ ਬਣਾਈ ਦੀ। ਆਹ ਦੇਖੋ, ਇੱਦਾਂ ਦੇ ਇਹਨਾਂ ਨੂੰ ਫਰੂਟ ਲੱਗਦਾ ਆ, ਇਹਨਾਂ ਨੂੰ ਭੰਬੋਲੇ ਕਹੀਦਾ ਸੀ ਅਸੀਂ ਤਾਂ। ਇਹ ਸਾਡੀ ਗਾਰਡਨ ਦੇ ਵਿੱਚ ਨਾ ਆਪੇ ਉੱਗੇ ਹੁੰਦੇ ਆ, ਦੋ ਕੁ ਬੂਟੇ ਇੱਦਾਂ ਉੱਗੇ ਸੀ, ਮੈਂ ਉਹਨਾਂ ਨੂੰ ਇੱਕ ਥਾਂ ਲਿਆ ਕੇ ਲਾ ਦਿੱਤਾ। ਇਹਨਾਂ ਦੇ ਪੱਤੇ ਤੋੜ ਕੇ ਆਪਾਂ ਇਹਦੀ ਸਬਜ਼ੀ ਬਣਾ ਲਈ ਦੀ ਆ ਮਕੋ ਦੀ। ਸੋ ਹੁਣ ਮੈਂ ਇਹ ਤੋੜੂੰਗੀ, ਫਿਰ ਮੈਂ ਬਾਅਦ 'ਚ ਤੁਹਾਨੂੰ ਦਿਖਾਉਂਦੀ ਹਾਂ ਤੋੜ ਕੇ, ਕਿਉਂਕਿ ਥੋੜ੍ਹਾ ਟਾਈਮ ਲੱਗੂਗਾ। ਤੋੜ ਕੇ ਮੈਂ ਇਹਨੂੰ ਧੋ ਲਊਂਗੀ, ਫਿਰ ਮੈਂ ਕੱਟ ਲਊਂਗੀ ਇਹਨੂੰ ਸਾਗ ਵਾਂਗ, ਫਿਰ ਮੈਂ ਤੁਹਾਨੂੰ ਬਣਾ ਕੇ ਦਿਖਾਉਂਦੀ ਹਾਂ ਸਬਜ਼ੀ ਕਿੱਦਾਂ ਬਣਾਈ ਦੀ ਆ। ਮਕੋ ਨੂੰ ਮੈਂ ਬਾਹਰੋਂ ਤੋੜ ਕੇ ਲੈ ਆਉਂਦਾ ਆ ਅਤੇ ਧੋ ਲਿਆ ਆ ਇਹਨੂੰ ਚੰਗੀ ਤਰ੍ਹਾਂ। ਦੇਖੋ ਇੱਦਾਂ ਪੱਤੇ ਪੱਤੇ ਆ, ਜੇ ਥੋੜ੍ਹੀ ਡੰਡੀ ਵਿੱਚ ਰਹਿ ਜਾਵੇ ਕੋਈ ਨਹੀਂ, ਜੇ ਕੋਈ ਫੁੱਲ ਵੀ ਆ ਵਿੱਚ ਉਹ ਵੀ ਕੋਈ ਨਹੀਂ। ਬੀਜ ਇਹ ਮੈਂ ਘੱਟ ਪਾਉਂਦੀ, ਉਹਨਾਂ ਥੋੜ੍ਹੀ ਕਸੈਲੀ ਹੋ ਜਾਂਦੀ ਆ। ਜੇ ਕੋਈ ਬੀ ਵਿੱਚ ਰਹਿ ਵੀ ਜਾਵੇ ਭੰਬੋਲੇ ਜਾਏ ਤਾਂ ਵੀ ਕੋਈ ਨਹੀਂ ਉਹਦਾ। ਇੱਦਾਂ ਪੱਤੇ ਆਪਾਂ ਲਿਆ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਧੋ ਲਿਆ ਆ। ਹੁਣ ਮੈਂ ਇਹਨਾਂ ਨੂੰ ਪਾਣੀ ਜਦੋਂ ਨਿਚੜ ਜਾਊਗਾ ਵਿੱਚ 10 ਮਿੰਟਾਂ ਤਾਈਂ, ਇਹਨੂੰ ਮੈਂ ਕੱਟ ਲਊਂਗੀ ਸਾਗ ਵਾਂਗ, ਜਾਂ ਜਿੱਦਾਂ ਮੇਥਿਆਂ ਦੀ ਭੁਰਜੀ ਬਣਾਈ ਦੀ ਹੈ ਨਾ ਉੱਦਾਂ ਇਹਨਾਂ ਪੱਤਿਆਂ ਨੂੰ ਮੈਂ ਕੱਟ ਲਊਂਗੀ। ਫਿਰ ਮੈਂ ਤੁਹਾਨੂੰ ਕੱਟ ਕੇ ਦਿਖਾਉਂਦੀ ਹਾਂ ਜਦ ਤੱਕ ਇਹ ਨਿਚੜਦੇ ਆ। ਇੱਦਾਂ ਪਾਣੀ ਇਹਨਾਂ ਦੇ ਵਿੱਚੋਂ ਡਰੇਨ ਹੁੰਦਾ, ਮੈਂ ਗੰਢੇ ਤਾਂ ਆਲੂ ਕੱਟ ਲਊਂਗੀ। ਸੋ ਫਿਰ ਮੈਂ ਦਿਖਾਉਂਦੀ ਹਾਂ ਕਿੱਦਾਂ ਇਹ ਕੱਟਦੇ ਆ। ਆਹ ਦੇਖੋ, ਮਕੋ ਨੂੰ ਮੈਂ ਧੋ ਕੇ ਰੱਖ ਲਿਆ ਸੀ, ਜਦੋਂ ਪਾਣੀ ਵਿੱਚੋਂ ਐਨ ਹੈ ਨਾ ਨਿਕਲ ਗਿਆ, ਫਿਰ ਮੈਂ ਇਹਨਾਂ ਨੂੰ ਕੱਟ ਲਿਆ। ਜਿੱਦਾਂ ਸਾਗ ਵਾਂਗ ਜਾਂ ਮੇਥਿਆਂ ਦੀ ਭੁਰਜੀ ਬਣਾਈ ਦੀ ਜਾਂ ਸਾਗ ਬਣਾਈ ਦਾ ਨਾ, ਆਪਾਂ ਉਸੇ ਤਰ੍ਹਾਂ ਇਹਨਾਂ ਨੂੰ ਕੱਟ ਲਿਆ ਆ। ਬਹੁਤ ਜ਼ਿਆਦਾ ਬਰੀਕ ਕੱਟਣ ਦੀ ਵੀ ਨਹੀਂ ਲੋੜ ਹੈਗੀ, ਇੱਦਾਂ ਦਾ ਕੱਟ ਲਓ। ਦੋ ਮੈਂ ਗੰਢੇ ਲੈ ਲਏ ਆ, ਮੀਡੀਅਮ ਸਾਈਜ਼ ਦੇ ਸੀਗੇ, ਉਹਨਾਂ ਨੂੰ ਮੈਂ ਇੱਦਾਂ ਲੰਮੇ ਲੰਮੇ ਕੱਟ ਲਿਆ ਆ। ਆਹ ਦੇਖੋ ਇੱਦਾਂ ਦੇ ਆ, ਇੱਦਾਂ ਮੈਂ ਕੱਟ ਲਿਆ ਇਹਨਾਂ ਨੂੰ। ਇੱਕ ਟਮਾਟਰ ਲਿਆ, ਉਹਨੂੰ ਇੱਦਾਂ ਸਲਾਈਸ ਕਰ ਲਿਆ ਉਹਦੇ। ਇੱਕ ਆਲੂ ਲਿਆ, ਆਲੂ ਨੂੰ ਮੈਂ ਇੱਦਾਂ ਡਾਈਸ ਜਿਹਾ ਕਰ ਲਿਆ ਆ, ਇੱਦਾਂ ਦੇ ਪੀਸ ਕਰ ਲੈਣੇ, ਬਹੁਤੇ ਵੱਡੇ ਨਹੀਂ ਰੱਖਣੇ। ਦੋ ਹਰੀਆਂ ਮਿਰਚਾਂ ਮੈਂ ਲੈ ਲਈਆਂ ਆ, ਉਹਨਾਂ ਨੂੰ ਕੱਟ ਲਿਆ। ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾ ਲਓ, ਜਿੰਨਾ ਤੁਸੀਂ ਥੋੜ੍ਹਾ ਸਪਾਈਸੀ ਜੇ ਲਾਈਕ ਕਰਦੇ ਆ ਤਾਂ ਤੁਸੀਂ ਜ਼ਿਆਦਾ ਪਾ ਸਕਦੇ ਆ। ਅਤੇ ਇੱਕ ਮੈਂ ਟੀਸਪੂਨ ਲੈ ਲਿਆ ਅਦਰਕ ਅਤੇ ਲਸਣ ਦਾ, ਮੈਂ ਇਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਆ। ਹੁਣ ਮੈਂ ਇੱਕ ਫਰਾਈ ਪੈਨ ਲੈ ਲਿਆ, ਤੁਸੀਂ ਕੜਾਹੀ ਲਾ ਲਓ, ਫਰਾਈ ਪੈਨ ਜੋ ਵੀ ਜਿਹਦੇ ਵਿੱਚ ਬਣਾਉਣਾ। 2 ਟੇਬਲ ਸਪੂਨ ਮੈਂ ਵਿੱਚ ਤੇਲ ਦੇ ਪਾ ਲਏ ਆ। ਮੈਂ ਓਲਿਵ ਆਇਲ ਯੂਜ਼ ਕੀਤਾ, ਇੰਡੀਆ ਅਸੀਂ ਸਰ੍ਹੋਂ ਦਾ ਯੂਜ਼ ਕਰਦੇ ਸੀ, ਤੁਸੀਂ ਜਿਹੜਾ ਮਰਜ਼ੀ ਵਰਤ ਸਕਦੇ ਆ। ਹੁਣ ਮੈਂ ਚੁੱਲ੍ਹੇ ਨੂੰ ਔਨ ਕਰ ਲਊਂਗੀ। ਮੈਂ ਚੁੱਲ੍ਹੇ ਨੂੰ ਮੀਡੀਅਮ ਹਾਈ 'ਤੇ ਰੱਖਿਆ ਆ ਇਸ ਵੇਲੇ, ਫਿਰ ਮੈਂ ਮੀਡੀਅਮ 'ਤੇ ਕਰ ਲਊਂਗੀ ਕਿਉਂਕਿ ਤੇਲ ਗਰਮ ਹੋ ਜਾਵੇ। ਹੁਣ ਤੇਲ ਗਰਮ ਹੋ ਗਿਆ, ਮੈਂ 1 ਟੀਸਪੂਨ ਵਿੱਚ ਜੀਰੇ ਦਾ ਪਾ ਦਊਂਗੀ। ਜੀਰੇ ਨੂੰ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ। ਹੁਣ ਮੈਂ ਇਹਦੇ ਵਿੱਚ ਜਿਹੜਾ ਲਸਣ ਅਤੇ ਅਦਰਕ ਆ ਕੱਟਿਆ ਉਹ ਪਾ ਦਊਂਗੀ, ਨਾਲੇ ਵਿੱਚ ਮਿਰਚਾਂ ਪਾ ਦਊਂਗੀ। ਇਹ ਹੁਣ ਆਪਾਂ ਗੰਢੇ ਵੀ ਨਾਲੇ ਪਾ ਦਿੰਦੇ ਹਾਂ ਵਿੱਚ। ਹੁਣ ਇਹਨਾਂ ਨੂੰ ਹਿਲਾ ਦਿਓ, ਆਪਾਂ ਗੰਢਿਆਂ ਨੂੰ ਬਰਾਊਨ ਕਰਾਂਗੇ ਥੋੜ੍ਹੇ ਜਿਹੇ, ਤੜਕੇ ਨੂੰ ਭੁੰਨਣਾ ਆ। ਮੈਂ ਹੀਟ ਅਜੇ ਮੀਡੀਅਮ ਹਾਈ 'ਤੇ ਰੱਖੀ ਹੋਵਾ, ਤੁਸੀਂ ਆਪਣੇ ਚੁੱਲ੍ਹੇ ਦੇ ਮੁਤਾਬਕ ਰੱਖ ਸਕਦੇ ਹਾਂ, ਵੱਡਾ ਆ ਜਾਂ ਛੋਟਾ ਆ, ਮੈਂ ਮੀਡੀਅਮ ਚੁੱਲ੍ਹੇ 'ਤੇ ਬਣਾ ਰਹੀ ਹਾਂ। ਹੁਣ ਗੰਢੇ ਭੁੱਜਦਿਆਂ ਨੂੰ 4 ਮਿੰਟ ਹੋ ਗਏ ਆ,
मैं आ एक छोटा चमचा ना हल्दी का पा दूंगी। जे तुसी लाल मिर्च लाइक करते ज़्यादा स्पाइसी चाहते हैं तुसी लाल मिर्च भी पा सकते हैं, पर मैं नहीं पाऊंगी। हुण इहदे विच मैं टमाटर पा दूंगी। टमाटर पाई नूं मिंट क हो गया विच, हुण मैं आलू पा दूंगी। आलू ऑप्शनल आ, जे तुसी नहीं लाइक करते ना ना पाओ। मैं पा लैंदी हुंदी आ क्योंकि विचों जे तुसी नाल न्याणे है ना बच्चे खाना चाहते आ उन्हां नूं विचों आलू कढ के दे दो। आलूआं ना बहुत स्वाद बनती आ। मैं थोड़ी देर लई ढक दूंगी आलू पाउण तों बाद मिंट क लई, ता कि आलू सॉफ्ट हो जाए, क्योंकि जिहड़ी मकौड़ हुंदी उह तां छेती बन जाऊगी, पत्ते ही हुंदे आ पालक वांग है ना। सो आलूआं नूं थोड़ा जिहा टाइम लगेगा, इस करके मैं आलू विच पा के ढक दिता इन्हां नूं। हुण आलू पाया नूं मिंट क हो गया है। हुण मैं विच मको दे पत्ते पा दूंगी, मैं कट के जिहड़े रखे आ। आपां इन्हां नूं इदां उत्ते बिछा देना, इदां लेयर जिहा ला देना है। हुण मैं इहदे विच लूण पा दूंगी क्योंकि बहुत थोड़ी हो जाऊगी बन के। लूण हिसाब नाल पायो कि देख के पा सकदे। मैं आ जिहड़ा ना छोटा चमचा आ इह डेढ़ कु पाया, फिर आपां देख के पा लवांगे। इक तां इन्ना कु होर विच पा दित्ता, फिर आपां टेस्ट करके देख लवांगे। ते विच मैं थोड़ी जिही सुक्की कसूरी मेथी पा दूंगी इन्नी क लै के, क्योंकि इन्ना टेस्ट बहुत सोहना आता है। एक छोटा चमचा मैं पा दूंगी मसाले का, गर्म मसाला आ। हुण मैं अजे हिलाऊंगी नहीं, इस तरह इनू ढक दूंगी, दो मिनट बाद देखूंगी फिर मिक्स करांगे। हुण मको विच पाया नीली, दो मिनट हो गए, हुण आपां इनू मिक्स कर लवांगे। हीट मैं मीडियम ते कीती होवा। हुण जे तुसी विच आलू नहीं पाउंदे ना फिर ढक्कन दी लोड़ नहीं, उत्ते ढक्कन ना दो, फिर उदां ही भुर्जी वांग खुली रख के बना लो। मैं तां ढक्कन दिता क्योंकि मैं विच आलू पायो आ तां कि छेती सॉफ्ट हो जाए ढक्कन दिते ते स्टीम ना, क्योंकि इहनूं बण नूं देर नहीं लगती हैगी, सिर्फ आलूआं दी थोड़ी वेट करी दी सॉफ्ट होण लई। हुण दो कु मिंट फिर हो गए ढक्की नूं, हुण मैं इहनूं ढक्कन चुक के हिला लूंगी। हुण आपां आलूआं नूं देख लैने, इह टुटदे आ थोड़े जिहे होर सॉफ्ट करांगे। इहनूं बण नूं बहुती देर नहीं लगती हैगी, 15 मिंटां दे विच बण जांदी आ। जे तुसीं आलू नहीं पाउणा चाहुंदे ना पाओ। इह बहुत गर्म हुंदी आ, इह जिन्हां दे गोडे दफदे जां जिन्हां नूं बा रहिंदी आ, जिद्दां बाई जां बा कहिंदे आ ना कईआं दा सुभाअ, उह ज़्यादा खांदे सीगे। इह गिट्टे गोडिआं लई बहुत गुड आ, हड्डियां जे दुखदियां कोई भी ज्वाइंट दुखदे आ ना सेहत लई बहुत वधिया आ इह। ते इत्थे इह आपे हो जांदी आ, बीजनी नहीं पैंदी हैगी। साडे तां आपे हो गई सी, फिर मैं उह बूटे रख लए। हुण जे कोई होर भी बूटा है ना विच कदे हो जावे मैं उह पट के इक थां ते ला लैंदी आं इकट्ठे इन्हां नूं, इस करके फिर जदों वी दिल करे तोड़ के आपां इन्हां नूं बना लईदा। स्पैशली विंटर दे विच मैं ज़्यादा बनाउंदी आ क्योंकि साढ़े हुण इत्थे विंटर आ, सर्दियां आ आस्ट्रेलिया दे विच। आ देखो आलू हुण टुटन लग गए, सॉफ्ट हो गए। आ देखो तेल भी छड्ड दिता आ सब्जी ने है ना, फिर आपां नूं पता लग जांदा हुण बन गई आ। हुण आलू भी सॉफ्ट हो गए आ। हुण मैं गैस नूं ऑफ कर दूंगी ते इहनूं किसी बर्तन विच कढ लवांगे। इह तैयार आ, तुसीं इहनूं रोटी ना परौंठे ना इदां खा सकदे आ, किसी भी चीज़ ना खा सकते, ब्रैड ते ला के भी खा सकते हैं, पर यह हेल्थ लई बहुत ज़्यादा गुड आ। आ देखो मैं एक बर्तन विच कढ लई आ, स्टीम जी बहुत उड़दी क्योंकि साढ़े इत्थे ठंड आ ना हुण सर्दियां आ। मैं इहदे विच इदां कढ लई आ बर्तन च, मको दी सब्जी बन के तैयार हो गए। तुसीं इहनूं सब्जी जां भुर्जी कुछ भी कह सकते हैं। ये बहुत स्वाद बनी, मैं लूण भी देख लिया बिल्कुल ठीक है। तुसीं भी अपने घर च बना के मैनूं जरूर दस्सियो किदां दी बनी है।
ਕਮੈਂਟਾਂ ਦੇ ਵਿੱਚ ਮੈਨੂੰ ਜ਼ਰੂਰ ਦੱਸਿਆ ਕਰੋ ਜਦੋਂ ਤੁਸੀਂ ਕੋਈ ਰੈਸਪੀ ਟਰਾਈ ਕਰਦੇ ਆ ਤੁਹਾਨੂੰ ਕਿੱਦਾਂ ਦੀ ਲੱਗੀ ਹੈ। ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ। ਜੇ ਤੁਹਾਨੂੰ ਮੇਰੀਆਂ ਵੀਡੀਓ ਸੋਹਣੀਆਂ ਲੱਗਦੀਆਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ। ਮੇਰੀਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।